ਸਾਰਿਆਂ ਨੂੰ ਚੜ੍ਹਦੇ ਸਾਰਿਆਂ ਨੂੰ ਅਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਕੈਲੀਫੋਰਨੀਆ ਤੋਂ ਲਾਈਵ ਸ਼ੋਅ ਤੁਹਾਡੇ ਰੂਬਰੂ ਕੀਤੇ ਜਾ ਰਹੇ ਨੇ। ਸਾਡਾ ਜਿਹੜਾ ਇਹ ਸਫ਼ਰ ਹੈਗਾ, ਇਹ ਟੂਰ ਜਿਹੜਾ ਅੰਤਮ ਪੜਾਅ ਵੱਲ ਵਾਧਾ ਹੋਇਆ, ਕੱਲ੍ਹ ਤੱਕ ਇੱਥੋਂ ਲਾਈਵ ਪ੍ਰੋਗਰਾਮ ਤੁਹਾਡੇ ਰੂਬਰੂ ਕਰਾਂਗੇ ਅਤੇ ਅੱਜ ਦਾ ਪ੍ਰੋਗਰਾਮ ਅਸੀਂ ਐਲ ਏ ਦੇ ਵਿੱਚ ਪਹੁੰਚ ਚੁੱਕੇ ਹਾਂ, ਲੋਸ ਐਂਜਲਸ ਦੇ ਵਿੱਚ। ਵੈਸੇ ਮਸ਼ਹੂਰ ਲੋਸ ਐਂਜਲਸ ਹੈਗਾ ਅਤੇ ਔਰੇਂਜ ਕਾਉਂਟੀ ਦੇ ਵਿੱਚ ਬੂਨਾ ਪਾਰਕ ਇਸ ਸ਼ਹਿਰ ਦਾ ਨਾਮ ਆ। ਵੈਸੇ ਦੁਨੀਆ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਨੇੜੇ ਤੇੜੇ ਦੇ ਜਿੰਨੇ ਵੀ ਸ਼ਹਿਰ ਹੈਗੇ ਨੇ ਉਹ ਸਾਰੇ ਲੋਸ ਐਂਜਲਸ ਦੇ ਨਾਲ ਨਾਲ ਹੀ ਮਸ਼ਹੂਰ ਨੇ, ਕਿਉਂਕਿ ਹਾਲੀਵੁੱਡ ਹੈ ਉੱਥੇ, ਯੂਨੀਵਰਸਲ ਸਟੂਡੀਓ ਹੈ, ਇਸ ਕਰਕੇ ਇਹਨੂੰ ਵੀ ਅਸੀਂ ਲੋਸ ਐਂਜਲਸ ਕਹਿ ਸਕਦੇ ਹਾਂ। ਬੂਨਾ ਪਾਰਕ ਦੇ ਵਿੱਚ ਅੱਜ ਦਾ ਲਾਈਵ ਸ਼ੋਅ ਤੁਹਾਡੇ ਰੂਬਰੂ ਜਿਹੜਾ ਕਰਨਾ ਹੈ ਉਹ ਦਾ ਜੈਲੋ ਚਿੱਲੀ ਰੈਸਟੋਰੈਂਟ ਹੈਗਾ, ਜਿਹੜਾ ਸੰਜੀਵ ਕਪੂਰ ਸਾਹਿਬ ਹੈਗੇ ਨੇ, ਬਹੁਤ ਮਹਾਨ ਸ਼ੈੱਫ ਨੇ ਜਿਨ੍ਹਾਂ ਨੇ ਖਾਣੇ ਨੂੰ ਇੱਕ ਵੱਖਰਾ ਰੰਗ ਦਿੱਤਾ, ਖਾਣੇ ਦੀ ਇੱਕ ਵੱਖਰੀ ਅਹਿਮੀਅਤ ਬਣਾਈ ਪੂਰੀ ਦੁਨੀਆ ਦੇ ਵਿੱਚ। ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੋਏਗੀ ਜ਼ਰੂਰ, ਇਹ ਉਹਨਾਂ ਦੀ ਇੱਕ ਬ੍ਰਾਂਚ ਹੈਗੀ ਆ ਅਮੈਰੀਕਾ ਦੇ ਵਿੱਚ, ਅਤੇ ਇੱਥੋਂ ਅੱਜ ਦਾ ਸ਼ੋਅ ਲਾਈਵ ਕਰਨਾ ਹੈ। ਅਤੇ ਮੇਰੇ ਨਾਲ ਮਹਿਮਾਨ ਜਿਹੜੇ ਨੇ ਇਸ ਦਾ ਜੈਲੋ ਚਿੱਲੀ ਨੂੰ ਜੋ ਮੈਨੇਜ ਕਰਦੇ ਨੇ, ਦੇਖ ਰੇਖ ਕਰਦੇ ਨੇ, ਜਾਂ ਇਉਂ ਕਹਿ ਲਈਏ ਇਹਦੇ ਮਾਲਕ ਨੇ, ਉਹ ਨੇ ਸਤਵਿੰਦਰ ਗੋਤਰਾ ਸਾਹਿਬ। ਗੋਤਰਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ ਤੁਹਾਡਾ, ਤੁਹਾਡਾ ਹੀ ਰੈਸਟੋਰੈਂਟ ਦੇ ਵਿੱਚ। ਥੈਂਕ ਯੂ ਜੀ, ਔਰ ਜੱਗੀ ਜੀ ਤੁਹਾਡਾ ਵੀ ਬਹੁਤ ਸਵਾਗਤ, ਔਰ ਤੁਹਾਡੇ ਨਾਲ ਨਾਲ ਜਸ ਪੰਜਾਬੀ ਟੀਮ ਦਾ ਜੋ ਸਾਡੇ ਰੈਸਟੋਰੈਂਟ ਅੱਜ ਆਈ ਹੈ ਦਾ ਯੈਲੋ ਚਿੱਲੀ 'ਤੇ, ਅਸੀਂ ਪੂਰੇ ਸਤਿਕਾਰ ਦੇ ਨਾਲ ਤੁਹਾਡਾ ਸਵਾਗਤ ਕਰਦੇ ਹਾਂ ਜੀ। ਮਿਹਰਬਾਨੀ, ਵੈਸੇ ਤੁਹਾਨੂੰ ਵੀ ਨਮਸਕਾਰ, ਅਤੇ ਪਿੱਛੇ ਸੰਜੀਵ ਕਪੂਰ ਸਾਹਿਬ ਵੀ ਸਮਾਈਲ ਦੇ ਰਹੇ ਨੇ, ਉਹਨਾਂ ਨੂੰ ਵੀ ਨਮਸਕਾਰ। ਮੈਨੂੰ ਪਤਾ ਲੱਗਿਆ ਉਹਨਾਂ ਦੀ ਇਹ ਇਕਲੌਤੀ ਇੱਥੇ ਬ੍ਰਾਂਚ ਜਿਹੜੀ ਹੈਗੀ, ਕਹਿ ਲਈਏ ਫਰੈਂਚਾਈਜ਼, ਇੱਥੇ ਅਮਰੀਕਾ ਦੇ ਵਿੱਚ ਫਿਲਹਾਲ ਇਹ ਪਹਿਲੀ ਹੈ। ਹਾਂਜੀ ਹਾਂਜੀ, ਬਹੁਤ ਸਹੀ, ਇਹ ਉਹਨਾਂ ਦੀ ਯੂ ਐਸ ਏ ਦੇ ਵਿੱਚ ਪਹਿਲੀ ਬ੍ਰਾਂਚ ਹੈ, ਉਹਨਾਂ ਦੀ ਇੰਡੀਆ ਐਂਡ ਮਿਡਲ ਈਸਟ ਐਂਡ ਕੈਨੇਡਾ ਦੇ ਵਿੱਚ ਮਿਲਾ ਕੇ ਟੋਟਲ 70 ਬ੍ਰਾਂਚਿਸ ਨੇ, ਐਂਡ ਸਾਡਾ ਸੌਭਾਗਿਆ ਹੈ ਕਿ ਇਹ ਯੂ ਐਸ ਏ ਦੇ ਵਿੱਚ ਸਾਨੂੰ ਮੌਕਾ ਮਿਲਿਆ ਕਿ ਅਸੀਂ ਉਹਨਾਂ ਦੀ ਪਹਿਲੀ ਬ੍ਰਾਂਚ ਖੋਲ੍ਹੀਏ ਔਰ ਇੱਥੋਂ ਉਹਨਾਂ ਦਾ ਇੱਕ ਯੂ ਐਸ ਏ ਦੇ ਵਿੱਚ ਵੀ ਇੱਕ ਸਫ਼ਰ ਚਾਲੂ ਕਰੀਏ। ਵਾਹ ਜੀ ਵਾਹ, ਅਤੇ ਇਹ ਸਵੱਬ ਫਿਰ ਕਿਵੇਂ ਬਣਿਆ? ਵੈਸੇ ਸੌਖਾ ਹੀ ਬਣ ਗਿਆ ਕਿ ਔਖਾ ਬਣਿਆ ਵੀ ਇੱਥੇ ਬ੍ਰਾਂਚ ਜਿਹੜੀ ਤੁਸੀਂ ਲਈ ਆ? ਇਹ ਜ਼ਰੂਰਤ ਇੱਥੇ ਬਹੁਤ ਵੱਡੀ ਸੀ ਇਸ ਟਾਈਪ ਦੇ ਕੁਜ਼ੀਨ ਦੀ, ਮੌਕਾ ਮਿਲਿਆ ਉਹਨਾਂ ਦੇ ਨਾਲ ਟੱਚ ਹੋਣ ਦੇ ਵਿੱਚ, ਐਂਡ ਜਦੋਂ ਹੀ ਸਾਨੂੰ ਪਤਾ ਚੱਲਿਆ ਕਿ ਉਹਨਾਂ ਦਾ ਇੱਕ ਫਰੈਂਚਾਈਜ਼ ਵੀ ਹੈ, ਤਾਂ ਅਸੀਂ ਜੋ ਵੀ ਲਾਈਫ ਦੇ ਵਿੱਚ ਕੁਝ ਹੋਰ ਪਲਾਨ ਕਰ ਰਹੇ ਸੀ, ਅਸੀਂ ਉਹ ਸਾਰੀਆਂ ਚੀਜ਼ਾਂ ਛੱਡ ਕੇ ਆਏ ਸੀ ਕਿ ਇਹ ਇੱਕ ਚੀਜ਼ ਹੈ ਜੋ ਅਸੀਂ ਯੂ ਐਸ ਏ ਦੇ ਵਿੱਚ ਕਰਨੇ ਚਾਹੁੰਦੇ ਹਾਂ। ਸਾਨੂੰ ਆਪ ਇਸ ਕਮੀ ਦੀ ਮਹਿਸੂਸ ਹੁੰਦੀ ਸੀ, ਮੈਂ ਖੁਦ ਇੱਕ ਫੂਡੀ ਹੈਗਾ, ਬਟ ਜਦੋਂ ਵੀ ਕਿਤੇ ਬਾਹਰ ਜਾਣ ਖਾਣਾ ਹੁੰਦਾ ਸੀ ਤਾਂ ਇੱਦਾਂ ਲੱਗਦਾ ਸੀ ਕਿ ਅਸੀਂ ਕਿਸੇ ਸਭ ਸਟੈਂਡਰਡ ਜਗ੍ਹਾ 'ਤੇ ਜਾ ਰਹੇ ਹਾਂ, ਅਤੇ ਇਸ ਕਰਕੇ ਇਹ ਅਸੀਂ ਪ੍ਰੋਜੈਕਟ ਆਪਣੇ ਸਿਰ 'ਤੇ ਚੁੱਕਿਆ, ਐਂਡ ਇਸ ਨੂੰ ਅੰਜਾਮ ਦੇਣਾ ਚਾਹ ਰਹੇ ਹਾਂ, ਅੰਜਾਮ ਦੇ ਵੀ ਦਿੱਤਾ ਹੈ। ਸਾਡਾ ਮਕਸਦ ਹੈ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਜਗ੍ਹਾ 'ਤੇ ਮਲਟੀਪਲਾਈ ਕਰ ਸਕੀਏ, ਖੁਦ ਕਰ ਸਕੀਏ ਜਾਂ ਪਾਰਟਨਰਸ ਨਾਲ ਕਰ ਸਕੀਏ, ਜਾਂ ਉੱਦਾਂ ਇਹਨੂੰ ਪ੍ਰਮੋਟ ਕਰ ਸਕੀਏ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਆਪਣੀ ਆਪਣੀ ਸਿਟੀ ਦੇ ਵਿੱਚ ਲਿਆਉਣ, ਔਰ ਜੋ ਇੱਕ ਕਮੀ ਹੈ ਸਭ ਜਗ੍ਹਾ ਦੇ ਵਿੱਚ ਉਸ ਨੂੰ ਪੂਰੀ ਕਰਨ। ਅਤੇ ਕਿੰਨੀ ਦੇਰ ਹੋ ਗਈ ਇੱਥੇ ਇਸ? ਇਹ ਅਸੀਂ 3 ਮੰਥਸ ਹੋ ਗਏ ਨੇ ਸਾਨੂੰ। ਅੱਛਾ। ਹਾਂਜੀ, ਅਸੀਂ 4th ਆਫ ਅਗਸਤ ਨੂੰ ਚਾਲੂ ਕੀਤਾ ਸੀ ਫਸਟ ਡੇ, ਐਂਡ 3 ਮੰਥਸ ਹੋ ਗਏ ਨੇ, ਔਰ ਵਾਹਿਗੁਰੂ ਦੀ ਮਿਹਰ ਨਾਲ ਸਾਨੂੰ ਕਾਫੀ ਅੱਛਾ ਪਬਲਿਕ ਨੇ ਕਾਫੀ ਅੱਛਾ ਯੂ ਨੋ ਇਹਦਾ ਇਹਨੂੰ ਐਕਸੈਪਟ ਕੀਤਾ, ਐਂਡ ਕਾਫੀ ਇਨਕਰੇਜਿੰਗ ਚੀਜ਼ ਹੈ ਸਾਡੇ ਵਾਸਤੇ। ਅੱਛਾ, 3 ਮਹੀਨੇ 'ਚ ਲੱਗਦਾ ਤੁਹਾਨੂੰ ਵਧੀਆ, ਤੁਸੀਂ ਜਿਹੜਾ ਡਿਸੀਜਨ ਤੁਹਾਡਾ ਉਹ ਵਧੀਆ ਰਿਹਾ? ਹਾਂਜੀ, ਗਲਤ ਨਹੀਂ ਡਿਸੀਜਨ ਸੀ? ਬਿਲਕੁਲ ਜੀ, ਬਿਲਕੁਲ। ਸਾਡੇ ਕੋਲ ਚੈਲੇਂਜ ਵੀ ਸਨ, ਸਾਡੇ ਕੋਲ ਬੀਇੰਗ ਫਸਟ ਲੋਕੇਸ਼ਨ ਇੱਕ ਬਹੁਤ ਵੱਡਾ ਜੋ ਇੱਕ ਇਨਫਰਾਸਟਰਕਚਰ ਇੱਕ ਕਿਸੇ ਫਰੈਂਚਾਈਜ਼ ਦਾ ਉਹ ਸਾਡੇ ਕੋਲ ਨਹੀਂ ਸੀ, ਚੈਲੇਂਜਸ ਬਹੁਤ ਜ਼ਿਆਦਾ ਸਨ, ਬਟ ਜਦੋਂ ਅਸੀਂ ਸਟਾਰਟ ਕੀਤਾ ਉਹ ਸਾਰੇ ਚੈਲੇਂਜਸ ਨੂੰ ਓਵਰਕਮ ਕਰਨ ਦਾ ਜੋ ਇੱਕ ਸਾਡੇ ਕੋਲ ਸੰਤੁਸ਼ਟੀ ਹੈ ਉਹ ਵੀ ਇੱਕ ਬੜੀ ਵੱਡੀ ਅਸੀਂ ਫੀਲ ਕਰਦੇ ਹਾਂ ਕਿ ਵੀ ਮੇਡ ਇਟ ਹੈਪਨ। ਸ਼ੁਰੂ ਤੋਂ ਹੈਗੇ ਹੋ ਇਸ ਲਾਈਨ 'ਚ? ਨਹੀਂ ਜੀ, ਫੂਡ ਦਾ ਇਸ ਲਾਈਨ 'ਚ ਵਿੱਚ ਨਹੀਂ ਹੈ, ਬਟ ਮੈਂ ਸਰਵਿਸ ਇੰਡਸਟਰੀ ਦੇ ਵਿੱਚ ਜ਼ਰੂਰ ਰਿਹਾ। ਇੰਡੀਆ ਦੇ ਵਿੱਚ ਵੀ DHL ਜੋ ਆਪਣੀ ਕੋਰੀਅਰ ਕੰਪਨੀ, ਉਹਨਾਂ ਦੀ ਟਰੈਵਲ ਏਜੰਸੀ ਔਰ ਕਾਨਫਰੰਸਿਸ ਕੰਪਨੀ ਸੀ, ਉਹਦੇ ਨਾਲ ਮੈਂ ਲੱਗਿਆ ਹੋਇਆ ਸੀ, ਔਰ ਕਸਟਮਰ ਸਰਵਿਸ ਵਗੈਰਾ ਬੇਸਿਕਲੀ ਸਾਡਾ ਮੈਨੂੰ ਐਕਸਪੀਰੀਅੰਸ ਹੈ ਸੀ ਉਸ ਚੀਜ਼ ਦਾ, ਪਲੱਸ ਮੇਰੀ ਐਜੂਕੇਸ਼ਨ ਵੀ ਰਹੀ ਹੈ ਥੋੜ੍ਹੀ ਜਿਹੀ ਇਸ ਲਾਈਨ ਦੇ ਵਿੱਚ, ਟੂਰਿਜ਼ਮ ਮੈਨੇਜਮੈਂਟ ਜਿਹਦੇ ਵਿੱਚ ਹੋਟਲ ਮੈਨੇਜਮੈਂਟ ਵੀ ਸੀ, ਉਸ ਕਰਕੇ ਮੈਨੂੰ ਥੋੜ੍ਹਾ ਜਿਹਾ ਕਾਫੀ ਕੰਫੀਡੈਂਸ ਸੀ ਕਿ ਇਸ ਮੁਹਿੰਮ ਨੂੰ ਅਸੀਂ ਕਾਮਯਾਬੀ ਨਾਲ ਤੁਸੀਂ ਕਰ ਸਕਦੇ ਹੋ। ਖਾਣ ਦਾ ਵੀ ਸ਼ੌਕ ਸੀਗਾ ਕਿ ਸਿਰਫ ਖਾਣ ਦਾ ਸ਼ੌਕ ਹੈ, ਪਕਾਉਣ ਦਾ ਵੀ ਸ਼ੌਕ ਸੀ? ਅੱਛਾ, ਨਹੀਂ ਤਾਂ ਪੰਜਾਬੀਆਂ ਦੀਆਂ ਤਾਂ ਦੋ ਹੀ ਚੀਜ਼ਾਂ ਮਸ਼ਹੂਰ ਨੇ, ਇੱਕ ਪੰਜਾਬੀ ਖਾਣਾ ਅਤੇ ਪੰਜਾਬੀ ਗਾਣਾ। ਅਗਰ ਅਸੀਂ ਇਹਨਾਂ ਦੀ ਫਰੈਂਚਾਈਜ਼ ਦੀ ਗੱਲ ਕਰੀਏ, ਖਾਸ ਤੌਰ 'ਤੇ ਅਸੀਂ ਜੇ ਟੀ ਵੀ 'ਤੇ ਜਿੰਨਾ ਕੁ ਦੇਖਿਆ, ਮਿਲਣ ਦਾ ਕਦੇ ਮੌਕਾ ਨਹੀਂ ਮਿਲਿਆ ਸੰਜੀਵ ਕਪੂਰ ਸਾਹਿਬ ਨੂੰ,
ਟੀਵੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿੰਨਾ ਅਸੀਂ ਬਣਿਆ ਹੋਇਆ ਦੇਖਦੇ ਹਾਂ ਜਾਂ ਕੰਪੀਟੀਸ਼ਨ ਦੇ ਵਿੱਚ ਇਹਨਾਂ ਨੇ ਫੂਡ ਬਣਵਾਇਆ ਹੈਗਾ ਉਹ ਇੱਕ ਅਲੱਗ ਤਰ੍ਹਾਂ ਦਾ ਹੁੰਦਾ ਅਤੇ ਪੰਜਾਬੀ ਖਾਣੇ ਦਾ ਕਿੰਨਾ ਕੁ ਇਹਦੇ 'ਚ ਹੈਗਾ ਯੋਗਦਾਨ ਤੁਹਾਡਾ? ਜੋ ਦ ਯੈਲੋ ਚਿੱਲੀ ਬ੍ਰਾਂਡ ਹੈ ਇਹ 100% ਪੰਜਾਬੀ ਐਂਡ ਨੌਰਥ ਇੰਡੀਅਨ ਕੁਜ਼ੀਨ ਹੈ। ਅੱਛਾ। ਇਹ ਬੇਸਿਕਲੀ ਇੱਕ ਮੁਗਲਾਈ ਕੁਜ਼ੀਨ ਦਾ ਇੱਕ ਉਹ ਛੋਟਾ ਜਿਹਾ ਸੈਂਪਲ ਉਹਨਾਂ ਨੇ ਤਿਆਰ ਕੀਤਾ ਹੈ, ਜਿਸ ਤਰੀਕੇ ਨੂੰ ਹਮੇਸ਼ਾ ਲੋਕ ਉਹਨਾਂ ਤੋਂ ਟੀ ਵੀ ਦੇ ਪ੍ਰੋਗਰਾਮ ਦੇਖ ਕੇ ਹਮੇਸ਼ਾ ਇੱਦਾਂ ਕਰਦੇ ਰਹਿੰਦੇ, ਜੋ ਤੁਸੀਂ ਟੀ ਵੀ 'ਤੇ ਦੱਸਦੇ ਉਹਨੂੰ ਟੇਸਟ ਕਿੱਦਾਂ ਕੀਤਾ ਜਾਏ। ਅੱਛਾ। ਅਤੇ ਉਸ ਨੂੰ ਇੱਕ ਚੀਜ਼ ਦੇ ਵਿੱਚ ਉਹਨਾਂ ਕੀਤਾ ਕਿ ਹਾਂ ਮੈਂ ਦ ਯੈਲੋ ਚਿੱਲੀ ਇੱਕ ਸਟਾਰਟ ਕਰਨਾ ਤਾਂ ਕਿ ਜੋ ਆਮ ਪਬਲਿਕ ਹੈ ਉਸ ਚੀਜ਼ ਨੂੰ, ਜੋ ਮੇਰਾ ਟੀ ਵੀ 'ਤੇ ਦੇਖਦੇ ਨੇ, ਉਸ ਚੀਜ਼ ਨੂੰ ਟੇਸਟ ਕਰਕੇ ਮਹਿਸੂਸ ਕਰ ਸਕਣ ਕਿ ਅਸੀਂ ਕੀ ਕਰਦੇ ਹਾਂ। ਦ ਯੈਲੋ ਚਿੱਲੀ ਨਾਮ ਪਹਿਲਾਂ ਆਪਣੇ ਆਪ 'ਚ ਬੜਾ ਵੱਖਰਾ ਜਿਹਾ। ਬਿਲਕੁਲ ਬਿਲਕੁਲ। ਚਿੱਲੀ ਗ੍ਰੀਨ ਚਿੱਲੀ ਸੁਣੀ ਸੀ, ਰੈੱਡ ਚਿੱਲੀ ਸੁਣੀ ਸੀ। ਹਾਂਜੀ। ਅਤੇ ਯੈਲੋ ਚਿੱਲੀ ਮਤਲਬ ਕਿ ਪੀਲੀ ਦਾਲ ਤਾਂ ਆਪਾਂ ਆਮ ਖਾਂਦੇ ਹਾਂ, ਸੁਣੀ ਵੀ ਹੈਗੀ ਆ। ਬਿਲਕੁਲ ਬਿਲਕੁਲ। ਇਹ ਯੈਲੋ ਚਿੱਲੀ ਦਾ ਕੀ ਕੰਸੈਪਟ ਹੋਇਆ? ਇਹ ਸਾਡੇ ਕੋਲ ਬੜੀ ਦੁਨੀਆ ਪੁੱਛਦੀ ਹੈ ਇਸ ਚੀਜ਼ ਦਾ, ਔਰ ਸੰਜੀਵ ਕਪੂਰ ਨੇ ਇਸ ਚੀਜ਼ ਨੂੰ ਕਾਫੀ ਕੁਛ ਜਗ੍ਹਾ ਦੇ ਉੱਤੇ ਇਹਨੂੰ ਐਕਸਪਲੇਨ ਵੀ ਕੀਤਾ, ਅਸੀਂ ਮੈਨਿਊ ਦੇ ਵਿੱਚ ਵੀ ਫਰੰਟ ਪੇਜ ਰੱਖਿਆ ਹੋਇਆ। ਅੱਛਾ। ਉਹ ਜਦੋਂ ਦਿੱਲੀ ਤੋਂ ਉਹਨਾਂ ਕੀਤੀ ਪੂਸਾ ਇੰਸਟੀਟਿਊਟ ਤੋਂ ਆਪਣੀ ਜੋ ਉਹਨਾਂ ਕੋਰਸ ਕੀਤਾ ਹੋਇਆ ਕਲਨਰੀ ਸਟੱਡੀਜ਼ ਦਾ, ਮੇਰਠ ਉਹਨਾਂ ਦੇ ਨਾਨਕੇ ਹੋਣ ਕਰਕੇ ਉੱਥੇ ਟਰੈਵਲ ਕਰਦੇ ਰਹਿੰਦੇ ਸੀ, ਐਂਡ ਇੱਕ ਚਾਟ ਵਾਲੇ ਦੀ ਚਾਟ ਉਹ ਇਮੀਡੀਏਟ ਨਹੀਂ ਕਰ ਸਕੇ ਸੀ ਕਿ ਇੰਨੇ ਵੱਡੇ ਸ਼ੈਫ ਹੋਣ ਤੋਂ ਬਾਅਦ। ਅੱਛਾ। ਜਦੋਂ ਉਸਦੀ ਗਹਿਰਾਈ 'ਚ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਡਿਫਰੈਂਸ ਸੀ ਉਹਦੇ ਉੱਤੇ ਜੋ ਛਿੜਕਿਆ ਜਾਂਦਾ ਉਹ ਯੈਲੋ ਚਿੱਲੀ ਦਾ ਪਾਊਡਰ। ਅੱਛਾ। ਉਸ ਛੋਟੀ ਜਿਹੀ ਚੀਜ਼ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਕਹਿੰਦੇ ਅਗਰ ਮੈਂ ਇੱਦਾਂ ਦਾ ਫਿਊਚਰ ਦੇ ਵਿੱਚ ਕੋਈ ਕੁਜ਼ੀਨ ਦਾ ਖੋਲਾਂਗਾ ਤਾਂ ਯੈਲੋ ਚਿੱਲੀ ਉਹਦਾ ਨਾਂ ਰੱਖ। ਇਹ ਕਿੱਥੇ ਹੁੰਦੀ ਹੈ ਇਹ ਪੀਲੀ ਮਿਰਚ, ਕਿਹੜੇ ਏਰੀਆ 'ਚ ਹੁੰਦੀ ਹੈ? ਇਹ ਆਪਣੇ ਨੌਰਥ ਇੰਡੀਆ 'ਚ ਮਿਲਦੀ। ਨੌਰਥ ਇੰਡੀਆ 'ਚ ਮਿਲਦੀ। ਨੌਰਥ ਇੰਡੀਆ 'ਚ ਜ਼ਿਆਦਾ ਤਿੱਖੀ ਹੁੰਦੀ ਫਿਰ ਇਹਦਾ ਮਤਲਬ? ਨਹੀਂ, ਤਿੱਖੀ ਨਹੀਂ ਹੁੰਦੀ ਜੀ, ਚਟਪਟੀ ਹੁੰਦੀ ਹੈ। ਜਦੋਂ ਜੀਭ ਦੇ ਉੱਤੇ ਉਹਦਾ ਟੇਸਟ ਆਉਂਦਾ ਤਾਂ ਥੋੜ੍ਹਾ ਜਿਹਾ ਡਿਫਰੈਂਟ ਜਿਹਾ ਚਟਪਟਾ ਜਿਹਾ ਟੇਸਟ ਦਿੰਦਾ। ਅੱਛਾ। ਜੋ ਅਦਰਵਾਈਜ਼ ਤੁਸੀਂ ਉਹਨੂੰ ਦੇਖ ਕੇ ਨਹੀਂ ਕਹਿ ਸਕਦੇ ਕਿ ਕਿੱਥੋਂ ਟੇਸਟ ਆ ਰਿਹਾ। ਅੱਛਾ। ਇੱਥੇ ਤੁਸੀਂ ਹੁਣ 3 ਮਹੀਨੇ ਹੋ ਗਏ ਤੁਹਾਨੂੰ ਇਸ ਖੋਲ੍ਹੇ ਹੋਏ ਨੂੰ ਯੈਲੋ ਚਿੱਲੀ ਨੂੰ? ਹਾਂਜੀ। ਬਹੁਤ ਵਧੀਆ ਤੁਸੀਂ ਦੱਸਿਆ ਜਿਵੇਂ ਰਿਸਪੌਂਸ ਹੈਗਾ, ਫਿਰ ਵੀ ਅਗਰ ਅਸੀਂ ਗੱਲ ਕਰੀਏ ਸਪੈਸ਼ਲਿਸਟ ਕਿਸ ਚੀਜ਼ ਦੀ ਹੈਗੀ ਆ, ਲੋਕ ਜ਼ਿਆਦਾ ਕਿਹੜੀ ਚੀਜ਼ ਪਸੰਦ ਕਰਦੇ ਇੱਥੇ ਖਾਂਦੇ? ਅਫਕੋਰਸ ਜੋ ਐਪੀਟਾਈਜ਼ਰਸ ਵਗੈਰਾ ਹੈ ਨੇ, ਜਾਂ ਜੋ ਕਬਾਬਸ ਵਗੈਰਾ ਹੈ ਨੇ, ਜਾਂ ਫਿਰ ਉਹਨਾਂ ਦੇ ਕੁਝ ਸਿਗਨੇਚਰ ਡਿਸ਼ਿਜ਼ ਵਗੈਰਾ ਹੈ ਨੇ, ਉਹ ਲੋਕਾਂ ਨੇ ਬਹੁਤ ਅੱਛੇ ਤਰੀਕੇ ਨਾਲ ਐਕਸੈਪਟ ਕੀਤਾ। ਔਰ ਪਹਿਲੇ ਤਾਂ ਸਾਨੂੰ ਨਾਂ ਤੋਂ ਲੱਗਦਾ ਸੀ ਕਿ ਹੋਣਗੇ ਸਿਗਨੇਚਰ ਡਿਸ਼ਿਜ਼, ਪਰ ਲੋਕਾਂ ਦਾ ਜਦੋਂ ਅਸੀਂ ਰਿਸਪੌਂਸ ਦੇਖੀ ਦਾ ਤਾਂ ਉਹ ਵਾਕਈ ਸਾਨੂੰ ਮਹਿਸੂਸ ਹੋਇਆ ਕਿ ਹਾਂਜੀ ਇਹ ਸਿਗਨੇਚਰ ਡਿਸ਼ਿਜ਼ ਹਨ ਜੋ ਆਮ ਪਬਲਿਕ ਨੂੰ ਨਹੀਂ ਮਿਲਦੇ ਕਿਤੇ। ਤੁਸੀਂ ਕੀ ਖਾਸ ਚੀਜ਼ ਪਸੰਦ ਕਰਦੇ ਇੱਥੇ ਖਾਣੀ ਆਪ? ਅਸੀਂ ਅਫਕੋਰਸ ਮੈਂ ਨੋਨ ਵੈਜੀਟੇਰੀਅਨ ਹਾਂ, ਅਤੇ ਮੈਂ ਇਹਨਾਂ ਦੇ ਕਬਾਬਸ ਵਗੈਰਾ ਬਹੁਤ ਪਸੰਦ ਕਰਦਾ। ਜੋ ਸਾਡੇ ਵੈਜੀਟੇਰੀਅਨ ਕਸਟਮਰਸ ਵਗੈਰਾ ਨੇ, ਇੱਕ ਇਹਨਾਂ ਦੀ ਸ਼ਾਮ ਸਵੇਰਾ ਦੀ ਡਿਸ਼ ਹੈ, ਬਹੁਤ ਮਸ਼ਹੂਰ ਡਿਸ਼ ਹੈ, ਉਹਨਾਂ ਦੀ ਸਿਗਨੇਚਰ ਡਿਸ਼ ਹੈ, ਔਰ ਜ਼ਿਆਦਾਤਰ ਕਿਸੇ ਆਮ ਰੈਸਟੋਰੈਂਟ 'ਚ ਮਿਲਦੀ ਵੀ ਨਹੀਂ ਹੈ, ਉਹ ਲੋਕ ਇੱਥੇ ਬੜਾ ਲਾਈਕ ਕਰਦੇ ਨੇ। ਅੱਛਾ। ਇੱਕ ਚੀਜ਼ ਹੋਰ ਜਿਹੜੀ ਆਮ ਅਸੀਂ ਪੰਜਾਬੀਆਂ ਦੀ ਅਗਰ ਗੱਲ ਕਰੀਏ, ਉਹਨਾਂ ਦੇ ਜ਼ਿਹਨ ਦੇ ਵਿੱਚ ਜ਼ਰੂਰ ਆਉਂਦੀ ਹੋਏਗੀ ਵੀ ਨਾਮ ਏਡਾ ਵੱਡਾ ਰੈਸਟੋਰੈਂਟ ਦਾ, ਸੰਜੀਵ ਕਪੂਰ ਸਾਹਿਬ ਦਾ ਨਾਮ ਏਡਾ ਵੱਡਾ, ਵੀ ਉੱਥੇ ਹੋ ਸਕਦਾ ਖਾਣਾ ਮਹਿੰਗਾ ਹੋਵੇ, ਇਹੋ ਜਿਹੀ ਤਾਂ ਕੋਈ ਗੱਲ ਨਹੀਂ? ਥੋੜ੍ਹਾ ਜਿਹਾ ਤਾਂ ਹੁੰਦਾ ਹੀ ਹੈ, 21 ਦਾ ਹੋਇਆ। ਹਾਂ, ਥੋੜ੍ਹਾ ਜਿਹਾ ਤਾਂ ਹੁੰਦਾ ਹੀ, ਕਿਉਂਕਿ ਜਦੋਂ ਫਰੈਂਚਾਈਜ਼ ਹੁੰਦਾ ਉਹਨਾਂ ਦੇ ਇੱਕ ਸੈੱਟ ਰੂਲਸ ਵਗੈਰਾ ਹੁੰਦੇ ਨੇ, ਐਕਸਟਰਾ ਇੰਪਲੋਈਜ਼ ਵਗੈਰਾ ਹੁੰਦੇ ਨੇ, ਫਿਰ ਜੋ ਬ੍ਰਾਂਡ ਵੱਡਾ ਹੋਣ ਕਰਕੇ ਤੁਹਾਨੂੰ ਕੋਈ ਜਗ੍ਹਾ ਵੀ ਇੱਦਾਂ ਦੀ ਦੇਖਣੀ ਪੈਂਦੀ ਹੈ ਜਿਹਦੇ ਓਵਰਹੈਡਸ ਵਗੈਰਾ ਚੰਦੇ ਨੇ, ਇਸ ਕਰਕੇ ਥੋੜ੍ਹਾ ਜਿਹਾ ਹੁੰਦਾ। ਬਟ ਅਗਰ ਤੁਸੀਂ ਉਹਨੂੰ ਬਾਕੀ ਕਿਸੇ ਹੋਰ ਰੈਸਟੋਰੈਂਟ ਨਾਲ ਕੰਪੇਅਰ ਕਰੋਗੇ ਤਾਂ ਇੰਨਾ ਜ਼ਿਆਦਾ ਨਹੀਂ। ਮੈਂ ਦੇਖਿਆ ਤਕਰੀਬਨ ਨੇੜੇ ਤੇੜੇ ਆ, ਕੋਈ ਬੜਾ ਫਰਕ ਨਹੀਂ ਹੈਗਾ। ਅਤੇ ਕਿਹੜਾ ਏਰੀਆ ਤੁਹਾਡਾ ਪੰਜਾਬ ਦੀ ਅਗਰ ਗੱਲ ਕਰੀ ਜਾਂ ਹਿੰਦੁਸਤਾਨ ਦੀ ਗੱਲ ਕਰੀਏ? ਮੈਂ ਪਿੱਛੋਂ ਜਲੰਧਰ ਤੋਂ ਹਾਂ ਜੀ। ਅੱਛਾ, ਜਲੰਧਰ ਖਾਸ। ਹਾਂਜੀ। ਅਤੇ ਵਾਹ ਜੀ ਵਾਹ, ਅਤੇ ਤੁਸੀਂ ਜਸ ਪੰਜਾਬੀ ਨਾਲ ਵੀ ਜੁੜੇ ਰਹੇ ਹੋ ਪਹਿਲਾਂ ਕਾਫੀ ਦੇਰ ਪਹਿਲਾਂ, ਅਤੇ ਮੌਕਾ ਮਿਲਿਆ ਸੀ ਜਸ ਪੰਜਾਬੀ ਨਾਲ 2-3 ਮਹੀਨੇ ਕੰਮ ਕਰਨ ਦਾ, ਅਤੇ ਹੁਣ ਕਮਲਜੀਤ ਗੋਤਰਾ ਜੀ ਜੁੜੇ ਨੇ ਸਾਡੇ ਨਾਲ, ਜੋ ਕਿ ਸਾਡੇ ਕੈਲੀਫੋਰਨੀਆ ਦੇ ਬਿਊਰੋ ਇੱਥੇ ਹੈਗੇ ਨੇ ਚੀਫ। ਸੋ ਬੜੀ ਖੁਸ਼ੀ ਹੁੰਦੀ ਇਸ ਪਰਿਵਾਰ ਦੇ ਨਾਲ ਮਿਲ ਕੇ ਗੱਲਬਾਤ ਕਰਕੇ, ਅਤੇ ਉਦੋਂ ਵਧੀਆ ਗੱਲ ਫਿਰ ਇਸ ਰੈਸਟੋਰੈਂਟ ਦੇ ਵਿੱਚ ਅਸੀਂ ਕਹਿ ਲਈਏ ਦਾ ਯੈਲੋ ਚਿੱਲੀ ਦੇ ਵਿੱਚ ਅੱਜ ਪ੍ਰੋਗਰਾਮ ਪੂਰੀ ਦੁਨੀਆ ਦੇ ਵਿੱਚ ਬੈਠੇ ਦਰਸ਼ਕ ਜਿਹੜੇ ਉਹਨਾਂ ਦੇ ਰੂਬਰੂ ਹੋ ਰਿਹਾ। ਅਤੇ ਫਿਰ ਵੀ ਜਿਹੜੇ ਇੱਥੇ ਪੰਜਾਬੀ ਜਿਹੜੇ ਹੈਗੇ ਨੇ, ਇਹ ਪੰਜਾਬੀ ਵੀ ਜ਼ਿਆਦਾ ਆਉਂਦੇ ਨੇ ਜਾਂ ਹੋਰ ਕਮਿਊਨਿਟੀ ਦੇ ਲੋਕ ਜ਼ਿਆਦਾ ਆਉਂਦੇ ਨੇ ਜਾਂ ਮਿਕਸ ਆਉਂਦੇ ਨੇ? ਸਾਡੇ ਕੋਲ ਹੁਣ ਫਿਲਹਾਲ ਮਿਕਸ ਆ ਰਹੇ ਨੇ ਕੁਜ਼ੀਨ ਸਾਡਾ, ਜ਼ਿਆਦਾ ਕਿਹਾ ਪ੍ਰੀ ਡੋਮੀਨੈਂਟਲੀ ਨੌਰਥ ਇੰਡੀਅਨ ਪੰਜਾਬੀ ਫੂਡ ਹੈ, ਬਟ ਜੋ ਸਾਡਾ ਕਸਟਮਰ ਬੇਸ ਹੈ ਵੀ ਆਰ ਗੈਟਿੰਗ ਐਵਰੀਵੇਅਰ ਫਰੋਮ ਇੰਡੀਆ। ਸਾਡੇ ਕੋਲ ਗੁਜਰਾਤੀ ਕਸਟਮਰ ਵੀ ਆ ਰਹੇ ਨੇ, ਸਾਊਥ ਇੰਡੀਅਨ ਕਸਟਮਰ ਵੀ ਆ ਰਹੇ ਨੇ, ਪੰਜਾਬੀ ਤਾਂ ਅਫਕੋਰਸ ਆ ਹੀ ਰਹੇ ਨੇ, ਉਹਦੇ ਨਾਲ ਨਾਲ ਇਹ ਥੋੜ੍ਹਾ ਜਿਹਾ ਹੁਣ ਅਮੈਰੀਕਨ ਪਬਲਿਕ ਦੇ ਵਿੱਚ ਵੀ ਇਹਨਾਂ ਦਾ ਨਾਂ ਥੋੜ੍ਹਾ ਜਿਹਾ ਪਾਪੂਲਰ ਹੁੰਦਾ ਜਾ ਰਿਹਾ, ਜਿਸ ਕਰਕੇ ਦਿਨੋ ਦਿਨ ਅਸੀਂ ਦੇਖ ਰਹੇ ਹਾਂ ਕਿ ਨੌਨ ਇੰਡੀਅਨ ਕਸਟਮਰ ਵੀ ਸਾਡੇ ਕੋਲ ਆਉਣੇ ਚਾਲੂ ਹੋ ਰਹੇ ਨੇ। ਜੀ, ਬਹੁਤ ਵਧੀਆ, ਕਿਉਂਕਿ ਹਰ ਚੀਜ਼ ਇੱਥੇ ਜਿਹੜੀ ਅਸੀਂ ਗੱਲ ਕਰੀਏ, ਅਗਰ ਖਾਣ ਪੀਣ ਦੀ ਗੱਲ ਕਰੀਏ ਤਾਂ ਖਾਣ ਪੀਣ ਦੇ ਵਿੱਚ ਇੱਕ ਅਜੀਬ ਦਾ ਸਵਾਦ ਹੈਗਾ ਜਿਹੜਾ ਕਿ ਉਨੇ 'ਚ ਹੀ ਸਾਰਾ ਕੁਛ ਹੋਣਾ ਹੈ। ਇੱਕ ਚੀਜ਼ ਜਿਹੜੀ ਹੈ ਜਿਵੇਂ ਅਸੀਂ ਦੇਖਦੇ ਹੁੰਦੇ ਸੀ ਟੀ ਵੀ 'ਤੇ, ਜਦੋਂ ਚੱਕ ਕੇ ਚਮਚੇ 'ਚ ਥੋੜ੍ਹਾ ਜਿਹਾ ਕੁਝ ਉਹਨਾਂ ਨੇ ਲੈ ਕੇ
ਤੁਹਾਨੂੰ ਜਦੋਂ ਇੱਥੇ ਕੋਈ ਚੀਜ਼ ਬਣਾਉਂਦੇ ਹਾਂ ਜਾਂ ਕੋਈ ਨਵੀਂ ਰੈਸਪੀ ਤਿਆਰ ਕਰਦੇ ਹੋ ਉਹਦੇ ਵਾਸਤੇ ਤੁਸੀਂ ਫਿਰ ਪਹਿਲਾਂ ਆਪ ਦੇਖਦੇ ਹੋ ਜਾਂ ਇੱਕੋ ਵਾਰੀ ਆਪ ਦੇਖਦੇ ਮੁੜ ਕੇ ਜ਼ਰੂਰਤ ਨਹੀਂ ਪੈਂਦੀ ਮੁੜ ਕੇ ਜਿਹੜੇ ਸ਼ੈਫ ਤੁਹਾਡੇ ਹੈਗੇ ਨੇ ਉਹਨਾਂ ਇਹ ਬ੍ਰਾਂਡ ਹੋਣ ਕਰਕੇ ਜਾਂ ਫਰੈਂਚਾਈਜ਼ ਹੋਣ ਕਰਕੇ ਸਾਡੇ ਕੋਲ ਇੱਕ ਸੈੱਟ ਰੈਸਪੀਜ਼ ਵਗੈਰਾ ਹੁੰਦੀਆਂ ਨੇ ਅਤੇ ਉਹ ਸ਼ੈਫਸ ਵਗੈਰਾ ਉਸ 'ਤੇ ਬੜੇ ਮਾਹਿਰ ਹੁੰਦੇ ਨੇ ਉਸ ਰੈਸਪੀ ਨੂੰ ਉਹ ਕ੍ਰੀਏਟ ਕਰਨ ਦਾ ਬਟ ਲੋਕਲ ਟੇਸਟ ਦੇ ਹਿਸਾਬ ਨਾਲ ਅਸੀਂ ਥੋੜ੍ਹਾ ਜਿਹਾ ਉਹਨੂੰ ਟਵੀਕ ਜ਼ਰੂਰ ਕਰ ਲਈਦਾ ਬਟ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਉਹ ਸਵਾਦ ਦਈਏ ਜੋ ਲੋਕ ਹਮੇਸ਼ਾ ਕਹਿੰਦੇ ਨੇ ਯਾਰ ਇੰਡੀਆ ਗਏ ਸੀ ਉਹ ਮਜ਼ਾ ਇੱਥੇ ਨਹੀਂ ਆਉਂਦਾ ਤਾਂ ਅਸੀਂ ਉਹ ਲੋਕਾਂ ਨੂੰ ਇੱਕ ਤਾਂ ਲੋਕ ਕਹਿੰਦੇ ਵੀ ਮਜ਼ਾ ਆਇਆ ਉਹੀ ਸੇਮ ਹਾਂਜੀ ਬਿਲਕੁਲ ਬਿਲਕੁਲ ਕਹਿੰਦੇ ਅਤੇ ਸਪਾਈਸੀ ਗੋਰੇ ਵੀ ਹੁਣ ਤਾਂ ਸਪਾਈਸੀ ਖਾਣ ਲੱਗ ਪਏ ਖਾਣਾ ਹਾਂਜੀ ਸਾਡਾ ਖਾਣਾ ਥੋੜ੍ਹਾ ਜਿਹਾ ਸਪਾਈਸੀ ਹੈ ਮਿਰਚੀ ਦੀ ਗੱਲ ਨਹੀਂ ਕਰ ਰਿਹਾ ਬਟ ਜੋ ਡਿਫਰੈਂਟ ਟਾਈਪ ਦੇ ਸਪਾਈਸਿਸ ਵਗੈਰਾ ਯੂਜ਼ ਹੁੰਦੇ ਨੇ ਅਤੇ ਦੇ ਆਰ ਐਕਸੈਪਟਿੰਗ ਇਟ ਵੈਰੀ ਗੁੱਡ ਵੈਸੇ ਵੀ ਅਸੀਂ ਇੱਕ ਕਾਫੀ ਦੇਰ ਪਹਿਲਾਂ ਪ੍ਰੋਗਰਾਮ ਕਰਨ ਆਏ ਸੀ ਇੱਥੇ ਅਤੇ ਰੈਸਟੋਰੈਂਟ ਠਹਿਰੇ ਜਿੱਥੇ ਹੋਟਲ ਦੇ ਵਿੱਚ ਤਾਂ ਉੱਥੋਂ ਇੰਡੀਅਨ ਫੂਡ ਆ ਜਾਂਦਾ ਸੀ ਹੋਟਲ ਦੇ ਵਿੱਚ ਹੀ ਅੱਛਾ ਸਾਡੇ ਕੋਲ ਤਾਂ ਉੱਥੇ ਰੱਖ ਕੇ ਉਹ ਚੱਲ ਜਾਂਦੇ ਸੀ ਦੋ ਟਾਈਮ ਜਦੋਂ ਵੀ ਅਸੀਂ ਹੁੰਦੇ ਸੀਗੇ ਜੋ ਮੰਗਦੇ ਸੀ ਅਤੇ ਇੱਕ ਦਿਨ ਡੋਰ ਲੌਕ ਹੋਈ ਸ਼ਾਮ ਨੂੰ ਖਾਣਾ ਖਾਣ ਲੱਗੇ ਅਤੇ ਗੋਰਾ ਹਸਬੈਂਡ ਵਾਈਫ ਦੋਨੋਂ ਆਏ ਅਨਲੌਕ ਕੀਤੀ ਕਹਿੰਦੇ ਸੌਰੀ ਟੂ ਬੋਦਰ ਯੂ ਵੀ ਤੁਹਾਡੇ ਸਮੈਲ ਬੜੀ ਵਧੀਆ ਆ ਰਹੀ ਫੂਡ ਦੀ ਕੀ ਹੈਗਾ ਤੁਹਾਡੇ ਕੋਲ ਅਸੀਂ ਕਿਹਾ ਇੰਡੀਅਨ ਫੂਡ ਹੈ ਕਹਿੰਦੇ ਵੀ ਸਾਨੂੰ ਥੋੜ੍ਹਾ ਦੇ ਸਕਦੇ ਹਾਂ ਅਸੀਂ ਟੇਸਟ ਕਰਨ ਵਾਸਤੇ ਸੀਗਾ ਥੋੜ੍ਹਾ ਨਹੀਂ ਤੁਸੀਂ ਕਾਫੀ ਲਓ ਅਤੇ ਉਦੋਂ ਅਸੀਂ ਇਹ ਚੀਜ਼ ਨੋਟ ਕੀਤੀ ਔਰ ਸਪਾਈਸੀ ਤਾਂ ਖਾਂਦੇ ਹੀ ਆਪਾਂ ਉਹਨਾਂ ਨੇ ਬਹੁਤ ਪਸੰਦ ਕੀਤਾ ਉਹ ਬਿਲਕੁਲ ਮੇਰਾ ਖਿਆਲ ਹੈ ਇਹ ਤਕਰੀਬਨ ਜਿੰਨੇ ਵੀ ਐਨਆਰਆਈਜ਼ ਅਸੀਂ ਇੱਥੇ ਸੈਟਲ ਆ ਇਹ ਸਵੀਟ ਕੰਪਲੇਂਟ ਸਾਰਿਆਂ ਨੂੰ ਆਪਣੇ ਨੇਬਰਸ ਤੋਂ ਆਉਂਦੀ ਹੈ ਕਿ ਤੁਹਾਡੇ ਜੋ ਖਾਣੇ ਦੀ ਸਮੈਲ ਬੜੀ ਅੱਛੀ ਹੈ ਤੇ ਉਹ ਮੈਂ ਉਹਨੂੰ ਸਵੀਟ ਕੰਪਲੇਂਟ ਕਹਾਂਗਾ ਹਾਲਾਂਕਿ ਮਸਾਲੇ ਦਾ ਸਮੈਲ ਹੁੰਦੀ ਹੈ ਅੱਛਾ ਬਟ ਇਟਸ ਅ ਕੰਪਲੀਮੈਂਟ ਟੂ ਅਸ ਵਧੀਆ ਵਧੀਆ ਬਹੁਤ ਵਧੀਆ ਅੱਛਾ ਮੈਂ ਸਾਡੇ ਇੱਕ ਉੱਥੇ ਖੋਲਿਆ ਬੰਦੇ ਨੇ ਉੱਥੇ ਢਾਬਾ ਇੰਡੀਆ ਪੰਜਾਬ ਦੀ ਗੱਲ ਹੈ ਉਹਨੂੰ ਪੁੱਛਿਆ ਵੀ ਯਾਰ ਚਿਕਨ ਦਾ ਕੀ ਫਰਕ ਹੁੰਦਾ ਇੱਕ ਚਿਕਨ ਕੜਾਹੀ ਹੈ ਚਿਕਨ ਮਲਾਈ ਹੈ ਚਿਕਨ ਟਿੱਕਾ ਆ ਚਿਕਨ ਮਤਲਬ ਘੱਟੋ ਘੱਟ ਚਿਕਨ ਚਿੱਲੀ ਹੈ ਵੀ ਕਈ ਨਾਮ ਨੇ ਚਿਕਨ ਦੇ ਜਦਕਿ ਚਿਕਨ ਇੱਕੋ ਹੀ ਹੁੰਦਾ ਉਹਦਾ ਕੀ ਫਰਕ ਹੁੰਦਾ ਦੇਖੋ ਜੀ ਮੈਂ ਹਮੇਸ਼ਾ ਕੁਜ਼ੀਨ ਨੂੰ ਕਿਸੇ ਵੀ ਕੁਜ਼ੀਨ ਨੂੰ ਚਾਹੇ ਉਹ ਇੰਡੀਅਨ ਹੋਏ ਜਾਂ ਨੌਨ ਇੰਡੀਅਨ ਜਾਂ ਕਿਸੇ ਹੋਰ ਵੀ ਖੇਤਰ ਦਾ ਹੋਏ ਇਹ ਇੱਕ ਪੇਂਟਿੰਗ ਵਾਲਾ ਆਰਟ ਵਾਲਾ ਸਿਸਟਮ ਹੁੰਦਾ ਹੈ ਜਿਸ ਤਰੀਕੇ ਨਾਲ ਤੁਸੀਂ ਪੇਂਟਿੰਗ ਦੇ ਉੱਤੇ ਉਲਟੇ ਸਿੱਧੇ ਬ੍ਰਸ਼ ਮਾਰ ਕੇ ਇੱਕ ਨਈ ਪੇਂਟਿੰਗ ਕ੍ਰੀਏਟ ਕਰ ਦਿੰਦੇ ਹੋ ਤੇ ਮੁਰਗਾ ਉਹੀ ਹੈ ਮੁਰਗਾ ਉਹੀ ਹੈ ਤੇ ਪੇਂਟ ਉਹਨੂੰ ਕਰਦੇ ਹਾਂ ਕੈਨਵਸ ਉਹੀ ਹੁੰਦਾ ਹੈ ਅੱਛਾ ਰਾਈਟ ਉਹਨੂੰ ਪੇਂਟ ਉਸੇ ਤਰੀਕੇ ਨਾਲ ਸ਼ੈਫ ਦੀ ਇੱਕ ਮਹਾਰਤ ਹੁੰਦੀ ਹੈ ਕਿ ਉਸ ਨੂੰ ਕਿਸ ਤਰੀਕੇ ਨਾਲ ਥੋੜੇ ਜਿਹੇ ਮਸਾਲੇ ਮਾਈਨਸ ਕਰਕੇ ਅਲੱਗ ਅਲੱਗ ਫਲੇਵਰ ਦੇ ਕੇ ਡਿਫਰੈਂਟ ਟਾਈਪ ਦੀਆਂ ਡਿਸ਼ਿਜ਼ ਵਗੈਰਾ ਕਰਦੀਆਂ ਔਰ ਸੰਜੀਵ ਕਪੂਰ ਜੋ ਇੱਕ ਨਾਮ ਹੈ ਇਸ ਚੀਜ਼ ਦੇ ਵਿੱਚ ਆਈ ਥਿੰਕ ਉਹਨਾਂ ਨੇ ਮਹਾਰਤ ਹਾਸਲ ਕੀਤੀ ਪੂਰੀ ਮਹਾਰਤ ਹਾਸਲ ਹੈ ਉਹਨਾਂ ਨੂੰ ਅਤੇ ਇੱਕ ਯੋਗ ਚੇਤੇ ਆ ਗਿਆ ਕਹਿੰਦੇ ਵੀ ਉਹ ਮੁਰਗੇ ਦੇ ਬੱਚਿਆਂ ਨੇ ਮੁਰਗੀ ਪੁੱਛਿਆ ਚਿਕਨ ਜਿਹੜੇ ਛੋਟੇ ਛੋਟੇ ਸੀਗੇ ਵੀ ਜਦੋਂ ਬੰਦੇ ਪੈਦਾ ਹੁੰਦੇ ਬੱਚੇ ਪੈਦਾ ਹੁੰਦੇ ਤਾਂ ਉਹਨਾਂ ਦਾ ਉਦੋਂ ਹੀ ਨਾਮ ਰੱਖ ਦਿੰਦੇ ਕੋਈ ਨਾ ਕੋਈ ਅਤੇ ਆਪਣਾ ਨਾਂ ਜਦੋਂ ਅਸੀਂ ਪੈਦਾ ਹੁੰਦੇ ਸਾਡਾ ਨਾਂ ਕਿਉਂ ਨਹੀਂ ਰੱਖਦੇ ਅਤੇ ਉਹਦੇ ਫਿਰ ਮੁਰਗੇ ਨੇ ਜਵਾਬ ਦਿੱਤਾ ਉਹਦੇ ਪਿਓ ਨੇ ਜਾਣੀ ਜਿਹੜਾ ਵੀ ਸੀਗਾ ਉਹ ਕਹਿੰਦਾ ਵੀ ਨਹੀਂ ਪੁੱਤ ਬੰਦਿਆਂ ਦੇ ਜੰਮਣ ਵੇਲੇ ਨਾਂ ਰੱਖਦੇ ਆਪਣੇ ਮਰਨ ਤੋਂ ਬਾਅਦ ਰੱਖਦੇ ਹੈ ਕੋਈ ਚਿਕਨ ਟਿੱਕਾ ਕੋਈ ਚਿਕਨ ਕੜਾਹੀ ਅਤੇ ਕੰਪਲੇਂਟ ਨਹੀਂ ਕਰ ਸਕਦੇ ਕਿ ਨਾਂ ਨਹੀਂ ਰੱਖਿਆ ਨਾਂ ਨਹੀਂ ਰੱਖਿਆ ਨਾਂ ਬਾਅਦ ਦੇ ਵਿੱਚ ਰੱਖੇ ਨੇ ਸੋ ਇਹ ਚੀਜ਼ ਸਿਰਫ ਮੇਰੇ ਖਿਆਲ ਥੋੜ੍ਹੇ ਜਿਹੀ ਇਹਦੇ ਮਸਾਲਿਆਂ ਦਾ ਹੇਰ ਫੇਰ ਹੈਗਾ ਔਰ ਟੇਸਟ ਜੇ ਤੁਸੀਂ ਚਿਕਨ ਚਿੱਲੀ ਹੈ ਤਾਂ ਉਹ ਚਿਕਨ ਚਿੱਲੀ ਹੋਈ ਜਾਂ ਚੀਜ਼ ਚਿੱਲੀ ਹੈ ਜੇ ਅਸੀਂ ਵਜੀ ਦੀ ਗੱਲ ਕਰੀਏ ਅਤੇ ਟੇਸਟ ਬਿਲਕੁਲ ਵੱਖਰੇ ਵੱਖਰੇ ਹੋ ਜਾਂਦੇ ਅਤੇ ਇੱਕ ਜਿਹੜੇ ਸਾਡੇ ਪੰਜਾਬ ਦੀ ਗੱਲ ਕਰੀਏ ਅਸੀਂ ਪੰਜਾਬ ਦੇ ਤਾਂ ਚਲੋ ਬਹੁਤ ਵੱਡਾ ਨਾਮ ਬਹੁਤ ਵੱਡਾ ਬ੍ਰਾਂਡ ਹੈਗਾ ਇਹਦੇ 'ਚ ਕੋਈ ਇਹੋ ਜਿਹੀ ਝੋਲ ਚਾਲ ਦੇ 'ਚ ਚਾਂਸ 0% ਹੁੰਦੇ ਨੇ ਪਰ ਅਸੀਂ ਪੰਜਾਬ ਦੀ ਗੱਲ ਕਰੀਏ ਜੇ ਪੰਜਾਬ ਦੇ ਰੈਸਟੋਰੈਂਟਾਂ 'ਚ ਖਾਣਾ ਖਾਂਦੇ ਹਾਂ ਉੱਥੇ ਜ਼ਰੂਰ ਇਹ ਚੀਜ਼ਾਂ ਹੁੰਦੀਆਂ ਕਈ ਵਾਰੀ ਵੈਜ ਨੌਨ ਵੈਜ ਦੀ ਸਾਡੇ ਪੰਜਾਬੀਆਂ ਨੂੰ ਪ੍ਰੋਬਲਮ ਆਉਂਦੀ ਹੈ ਜੇ ਦੋਨੋਂ ਚੀਜ਼ਾਂ ਉੱਥੇ ਮਿਲਦੀਆਂ ਤਾਂ ਜਿਹੜੇ ਵੈਜੀਟੇਰੀਅਨ ਨੇ ਉਹ ਕਈ ਵਾਰੀ ਹਿਚਕਾਉਂਦੇ ਨੇ ਜਾਣ ਤੋਂ ਅਤੇ ਇੱਥੇ ਤਾਂ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਕਿ ਜੇ ਕਿਸੇ ਨੇ ਵੈਜ ਖਾਣਾ ਤਾਂ ਉਹਨੂੰ ਪਿਓਰ ਵੈਜ ਹੀ ਮਿਲੇਗਾ ਨਾ ਬਿਲਕੁਲ ਬਿਲਕੁਲ ਅਗਰ ਕਿਸੇ ਨੇ ਵੈਜ ਖਾਣਾ ਉਹਨੂੰ ਪਿਓਰ ਵੈਜ ਮਿਲੇਗਾ ਬਟ ਅਮੈਰੀਕਾ ਦੇ ਵਿੱਚ ਆ ਕੇ ਯੂਨੋ ਵੈਜੀਟੇਰੀਅਨ ਥੋੜ੍ਹਾ ਜਿਹਾ ਆਪਣੇ ਆਪ ਨੂੰ ਥੋੜ੍ਹਾ ਜਿਹਾ ਹੋਰ ਮੋਡਰੇਟ ਕਰ ਲੈਂਦੇ ਨੇ ਜੋ ਇੰਡੀਆ ਦੇ ਵਿੱਚ ਜੋ ਉਹਨਾਂ ਨੂੰ ਸਿਲੈਕਸ਼ਨ ਜਾਂ ਉਹਨਾਂ ਨੂੰ ਚੋਇਸ ਮਿਲਦੀ ਹੈ ਇੱਥੇ ਘੱਟ ਮਿਲਦੀਆਂ ਨੇ ਉਸ ਹਿਸਾਬ ਨਾਲ ਥੋੜ੍ਹਾ ਜਿਹਾ ਆਪਣੇ ਮਾਹੌਲ ਦੇ ਵਿੱਚ ਉਠਾਲ ਜ਼ਰੂਰ ਲੈਂਦੇ ਨੇ ਬਟ ਐਜ਼ ਫਰ ਐਜ਼ ਵੀ ਆਰ ਕੰਸਰਨ ਫਰੋਮ ਰੈਸਟੋਰੈਂਟ ਪੁਆਇੰਟ ਆਫ ਵਿਊ ਵੀ ਪ੍ਰੋਵਾਈਡ ਦੈਮ ਪਿਓਰ ਵੈਜੀਟੇਰੀਅਨ ਵੀ ਆਲਸੋ ਪ੍ਰੋਵਾਈਡ ਦੈਮ ਪਿਓਰ ਜੈਨ ਵੈਜੀਟੇਰੀਅਨ ਅਗਰ ਸਾਡੇ ਕੋਲ ਕੋਈ ਜੈਨ ਵੈਜੀਟੇਰੀਅਨ ਕਸਟਮਰ ਸਤਵਿੰਦਰ ਜੀ ਬਹੁਤ ਮਿਹਰਬਾਨੀ ਤੁਸੀਂ ਕਾਫੀ ਵਧੀਆ ਜਾਣਕਾਰੀ ਦਿੱਤੀ ਖਾਸ ਤੌਰ 'ਤੇ ਅਸੀਂ ਜੇ ਐਡੇ ਬ੍ਰਾਂਡ ਦੀ ਗੱਲ ਕਰੀਏ ਤਾਂ ਦਰਸ਼ਕਾਂ ਨੂੰ ਜ਼ਰੂਰ ਇਹ ਇੱਛਾ ਹੁੰਦੀ ਜਾਣਨ ਬਾਰੇ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਅਸੀਂ ਸਾਡਾ ਇਹ ਪ੍ਰੋਗਰਾਮ ਜਿਹੜਾ ਇੱਥੋਂ ਲਾਈਵ ਹੋ ਰਿਹਾ ਸੋ ਘਰਾਂ ਵਿੱਚ ਬੈਠੇ ਦਰਸ਼ਕ ਜਿਹੜੇ ਉਹਨਾਂ ਨੂੰ ਇੱਕ ਫਿਰ ਦੱਸਦਾ ਬਿਓਨਾ ਪਾਰਕ ਹੈ ਜੀ ਇਹ ਲੋਸ ਐਂਜਲਸ ਦੇ ਲਗਭਗ ਵਿੱਚ ਹੀ ਜਿੱਥੋਂ ਅੱਜ ਦਾ ਪ੍ਰੋਗਰਾਮ ਲਾਈਵ ਕਰ ਰਹੇ ਹਾਂ ਦਾ ਯੈਲੋ ਚਿੱਲੀ ਜਿਹੜੇ ਸੰਜੀਵ ਕਪੂਰ ਸਾਹਿਬ ਦੀ ਅੱਗੇ ਬ੍ਰਾਂਚ ਹੈਗੀ ਆ ਇੱਥੋਂ ਪ੍ਰੋਗਰਾਮ ਲਾਈਵ ਕਰ ਰਹੇ ਹਾਂ ਇਸੇ ਤਰ੍ਹਾਂ ਪ੍ਰੋਗਰਾਮ ਤੁਸੀਂ ਅੱਗੇ ਵੀ ਦੇਖਦੇ ਰਹੋਗੇ ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ